हेलो दोस्तों, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਕਾਰਤੀ ਸਿੰਘ ਵਿੱਚ। ਤੇ ਅੱਜ ਅਸੀਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ, ਜਿਹਦੇ ਵਿੱਚ ਦੱਸਾਂਗੇ ਆਪਾਂ ਯੂਨੀਵਰਸਲ ਜਨਰਲ ਸੋਰਸ ਕਿੱਦਾਂ ਥਰਡ ਪਾਰਟੀ ਕਰ ਸਕਦੇ ਹਾਂ ਆਪਣੇ ਮੋਟਰਸਾਈਕਲ। ਜੇ ਵੀਡੀਓ ਚੰਗੀ ਲੱਗੇ ਲਾਈਕ ਕਰ ਦੇਣਾ, ਚੈਨਲ ਸਬਸਕ੍ਰਾਈਬ ਕਰ ਦੇਣਾ। ਚਲੋ ਕਰਦੇ ਹਾਂ ਵੀਡੀਓ ਸਟਾਰਟ। ਸਭ ਤੋਂ ਪਹਿਲਾਂ ਤੁਸੀਂ ਆਪਣੇ ਡਿਜੀਟਲ ਸੇਵਾ ਪੋਰਟਲ ਨਾਲ ਲੌਗਇਨ ਹੋ। ਲੌਗਇਨ ਹੋਣ ਤੋਂ ਬਾਅਦ ਤੁਸੀਂ ਇੱਥੇ ਵੇਖ ਸਕਦੇ ਟੂ ਵੀਲਰ ਦੀ ਆਪਸ਼ਨ ਹੁੰਦੀ, ਇੱਥੇ ਆਪਾਂ ਬਾਏ ਤੇ ਕਲਿੱਕ ਕਰਨਾ। ਬਾਏ ਤੇ ਕਲਿੱਕ ਕਰਨ ਤੋਂ ਬਾਅਦ ਇੱਥੇ ਆਪਾਂ ਨਿਊ ਨਹੀਂ ਕਰਨਾ, ਇੱਥੇ ਆਪਾਂ ਕਰਨਾ ਰੋਲ ਓਵਰ। ਰੋਲ ਓਵਰ ਕਰਨ ਤੋਂ ਬਾਅਦ ਇੱਥੇ ਆਪਾਂ ਟੂ ਵੀਲਰ ਤੁਸੀਂ ਵੇਖ ਸਕਦੇ ਜੇ ਹਿਸਾਬ ਨੇ ਟੱਡੀ ਹੋਵੇ, ਠੀਕ ਹੈ। ਟੂ ਵੀਲਰ ਤੇ ਕਲਿੱਕ ਕਰਨ ਤੋਂ ਬਾਅਦ ਇੱਥੇ ਪ੍ਰਪੋਜ਼ਲਸ ਦਾ ਨੇਮ, ਜੋ ਵੀ ਪ੍ਰਪੋਜ਼ਲ ਦਾ ਨਾਮ ਹੋਵੇਗਾ ਉਹ ਤੁਸੀਂ ਆਪਾਂ ਐਂਟਰ ਕਰ ਦੇਣਾ। ਅਡਰੈਸ ਐਂਟਰ ਕਰਨ ਤੋਂ ਬਾਅਦ ਥੋੜ੍ਹੀ ਵੇਟਿੰਗ ਹੋਵੇਗੀ ਪ੍ਰਪੋਜ਼ਲ ਸਿਟੀ, ਠੀਕ ਹੈ ਜੀ। ਪ੍ਰਪੋਜ਼ਲ ਸਿਟੀ ਆਪਾਂ ਜਿਹੜੀ ਵੀ ਸਿਟੀ ਹੋਊਗੀ ਉਹ ਤੁਸੀਂ ਐਂਟਰ ਕਰ ਦੇਣੀ, ਠੀਕ ਹੈ ਜੀ। ਐਂਟਰ ਕਰ ਤੋਂ ਬਾਅਦ ਐਂਟਰ, ਠੀਕ ਹੈ ਜੀ। ਤਰਨ ਤਾਰਨ ਜਿੱਦਾਂ ਆਪਾਂ ਐਂਟਰ ਕਰ ਦਿੰਦੇ ਹਾਂ, ਠੀਕ ਹੈ ਜੀ। ਜੇ ਵੀਡੀਓ ਚੰਗੀ ਲੱਗੇ ਲਾਈਕ ਕਰ ਦੇਣਾ, ਚੈਨਲ ਸਬਸਕ੍ਰਾਈਬ ਕਰ ਦੇਣਾ, ਠੀਕ ਹੈ ਜੀ। ਏਰੀਆ ਤਰਨ ਤਾਰਨ ਕਲਿੱਕ ਕਰਾਂਗੇ, ਠੀਕ ਹੈ ਜੀ। ਪਿੰਨ ਕੋਡ 14 34 01 ਸਿਲੈਕਟ ਕਰਾਂਗੇ, ਜੋ ਵੀ ਤੁਹਾਡਾ ਹੋਊਗਾ। ਮੇਲ ਸਿਲੈਕਟ ਕਰਾਂਗੇ, ਮੇਲ ਮੋਬਾਈਲ ਨੰਬਰ ਪਾਵਾਂਗੇ ਉਹਨਾਂ ਦਾ, ਠੀਕ ਹੈ ਜੀ। ਮੋਬਾਈਲ ਨੰਬਰ ਪਾਉਣ ਤੋਂ ਬਾਅਦ ਈਮੇਲ ਆਈਡੀ ਪਾਵਾਂਗੇ, ਠੀਕ ਹੈ ਜੀ। ਠੀਕ ਹੈ ਜੀ, ਮੇਲ ਆਈਡੀ ਪਾਉਣ ਤੋਂ ਬਾਅਦ, ਮੇਲ ਆਈਡੀ ਪਾਉਣ ਤੋਂ ਤੇ ਫਿਰ ਆਪਾਂ ਐਂਟਰ ਕਰਾਂਗੇ। ਚੇਂਜ ਕਰਨ ਤੋਂ ਬਾਅਦ ਆਪਾਂ ਇੱਥੇ ਇਨੀਸ਼ੀਏਸ਼ਨ ਡੇਟ ਪਾਵਾਂਗੇ, ਹਾਂਜੀ। ਤੇ ਇੱਥੇ ਰਜਿਸਟ੍ਰੇਸ਼ਨ ਡੇਟ ਪਾਉਣ ਤੋਂ ਬਾਅਦ, ਠੀਕ ਹੈ ਜੀ। ਰਜਿਸਟ੍ਰੇਸ਼ਨ ਡੇਟ ਪਾਉਣ ਤੋਂ ਬਾਅਦ ਆਪਾਂ ਮਾਡਲ ਸਿਲੈਕਟ ਕਰਨ ਤੋਂ, ਠੀਕ ਹੈ। ਮਾਡਲ ਮੈਨੂਫੈਕਚਰਿੰਗ ਕਿਹੜੀ ਕੰਪਨੀ ਕਰਦੀ ਹੈ, ਮੈਨੂਫੈਕਚਰ ਦਾ ਨਾਂ ਲਿਖ ਸਿਲੈਕਟ ਕਰਨਾ। ਆਪਾਂ ਮੈਨੂਫੈਕਚਰ ਦਾ ਨਾਂ ਸਿਲੈਕਟ ਕਰਨ ਤੋਂ ਬਾਅਦ ਆਪਾਂ ਉਹਨਾਂ ਦੀ ਗਾਂ ਸਭ ਟਾਈਪ ਸਿਲੈਕਟ ਕਰਨੀ ਹੈ ਕਿ ਉਹ ਕਿਹੜਾ ਮਾਡਲ ਆ, ਠੀਕ ਹੈ। ਮੋਡਲ ਕਰਨ ਤੋਂ ਬਾਅਦ ਇਹ ਥੋੜ੍ਹੀ ਪੀਸ ਵੇਟਿੰਗ ਹੋਵੇਗੀ, ਠੀਕ ਹੈ। ਚੈਸੀ ਨੰਬਰ ਪਾਵਾਂਗੇ, ਇੰਜਨ ਨੰਬਰ ਪਾਵਾਂਗੇ, ਇੰਜਨ ਨੰਬਰ ਦੇ ਬਾਅਦ ਡੇਟ ਆਫ ਪਰਚੇਸ ਸਿਲੈਕਟ ਕਰਾਂਗੇ, ਠੀਕ ਹੈ ਜੀ। ਇਹ ਆਪਾਂ ਸਿਲੈਕਟ ਕਰ ਲਈ ਡੇਟ ਆਫ ਡੇਟ, ਠੀਕ ਹੈ ਜੀ। ਥੱਲੇ ਪਾਸੇ ਆਪਾਂ ਆਵਾਂਗੇ, ਇੱਥੇ ਆਪਾਂ ਕਹਾਂਗੇ ਓਨਰ ਡਰਾਈਵਿੰਗ ਹੈ ਪੀਏ ਕਵਰ ਕਰਨ ਤੋਂ ਬਾਅਦ, ਠੀਕ ਹੈ ਜੀ। ਇੱਥੇ ਕਹਾਂਗੇ ਆਈ ਐਗਰੀ ਕਰਨ ਤੋਂ ਬਾਅਦ ਨੋ, ਠੀਕ ਹੈ ਜੀ। ਕੈਲਕੂਲੇਟ ਕਰਾਂਗੇ ਪ੍ਰੀਮੀਅਮ, ਪਲੀਜ਼ ਵੇਟ, ਠੀਕ ਹੈ। ਜਾਂ ਤੁਸੀਂ ਵੇਖ ਸਕਦੇ 887 ਰੁਪਏ ਆ ਕੇ, ਠੀਕ ਹੈ। ਨੈਕਸਟ ਕਰਨ ਤੋਂ ਬਾਅਦ, ਨੈਕਸਟ ਕਰਨ ਤੋਂ ਬਾਅਦ ਆਪਣੀ ਪੇਮੈਂਟ ਦੀ ਆਪਸ਼ਨ ਆ ਚੁੱਕੀ, ਠੀਕ ਹੈ। ਪੇਮੈਂਟ ਦੀ ਆਪਸ਼ਨ ਕਰਨ ਤੋਂ ਬਾਅਦ, ਠੀਕ ਹੈ ਜੀ, ਨੈਕਸਟ ਕਰਾਂਗੇ, ਠੀਕ ਹੈ। ਨੈਕਸਟ ਕਰਨ ਤੋਂ ਬਾਅਦ ਆਪਣੀ ਪੇਮੈਂਟ ਦੀ ਆਪਸ਼ਨ ਆ ਜੂਗੀ, ਠੀਕ ਹੈ ਜੀ। ਜੇ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਰ ਦੇਣਾ, ਚੈਨਲ ਸਬਸਕ੍ਰਾਈਬ ਕਰ ਦੇਣਾ। ਥੈਂਕ ਯੂ ਫੋਰ ਵਾਚਿੰਗ ਵੀਡੀਓ।